ਬੱਚੇ ਹਾਂਜੀ ਮਮਾ ਇਟਸ ਬੀਨ 2 ਮੰਥਸ ਤੂੰ ਅਜੇ ਤੱਕ ਵਿਰਾਸਤ ਨੂੰ ਦੱਸਿਆ ਨਹੀਂ ਓਫੋ ਮਮਾ ਦੱਸ ਦਿਆਂਗੀ ਤੇ ਤੈਨੂੰ ਯਾਦ ਆ ਨਾ ਆ ਛੋਟੀ ਦਾ ਬਰਥਡੇ ਆ ਹਾਂ ਉੱਥੇ ਹੀ ਜਾ ਰਹੀ ਹਾਂ ਤੇ ਤੁਸੀਂ ਟੈਨਸ਼ਨ ਨਾ ਲਓ ਮੈਂ ਉਹਨਾਂ ਨੂੰ ਅੱਜ ਹੀ ਸਭ ਦੱਸ ਦਿਆਂਗੀ ਬਾਏ ਮਮਾ ਓਕੇ ਪੁੱਤ ਸਾਡੇ ਵਿੱਚ ਕੁਝ ਗੱਲਾਂ ਹਾਏ ਫਰਕ ਪਵਾ ਗਈਆਂ ਹੌਲੀ ਹੌਲੀ ਤੈਨੂੰ ਵੀ ਸਾਡੇ ਦਿਲ ਤੋਂ ਲਾ ਗਈਆਂ ਤੇਰਾ ਕਿੰਨਾ ਰੋਬ ਸਹੂਗੀ ਦੱਸ ਕਿੰਨਾ ਚੁੱਪ ਰਹੂਗੀ ਹੁਣ ਮਨ ਬਦਲ ਗਿਆ ਮੇਰਾ ਜਾ ਮੈਨੂੰ ਸੋਹਣਿਆ ਵੇ ਹੁਣ ਪਿਆਰ ਨਹੀਂ ਆਉਂਦਾ ਤੇਰਾ ਜਾ ਮੈਨੂੰ ਸੋਹਣਿਆ ਵੇ ਹੁਣ ਪਿਆਰ ਨਹੀਂ ਆਉਂਦਾ ਤੇਰਾ ਸਾਡੇ ਵਿੱਚ ਕੁਝ ਗੱਲਾਂ ਹਾਏ ਫਰਕ ਪਵਾ ਦੀਆਂ ਤੇਰੀਆਂ ਗੱਲਾਂ ਦੇ ਵਿੱਚ ਮੇਰਾ ਜ਼ਿਕਰ ਨਹੀਂ ਸਭ ਪਤਾ ਹੁਣ ਤੈਨੂੰ ਮੇਰਾ ਫਿਕਰ ਨਹੀਂ ਤੇਰੀਆਂ ਗੱਲਾਂ ਦੇ ਵਿੱਚ ਮੇਰਾ ਜ਼ਿਕਰ ਨਹੀਂ ਸਭ ਪਤਾ ਹੁਣ ਤੈਨੂੰ ਮੇਰਾ ਫਿਕਰ ਨਹੀਂ ਮੈਂ ਵੀ ਹੋ ਗਈ ਤੇਰੇ ਵਰਗੀ ਤੇਰਾ ਸੱਚੀ ਫਿਕਰ ਨਹੀਂ ਕਰਦੀ ਜਿੰਨਾ ਕਰ ਲਿਆ ਬਸ ਬਥੇਰਾ ਜਾ ਮੈਨੂੰ ਸੋਹਣਿਆ ਵੇ ਹੁਣ ਪਿਆਰ ਨਹੀਂ ਆਉਂਦਾ ਤੇਰਾ ਜਾ ਮੈਨੂੰ ਸੋਹਣਿਆ ਵੇ ਹੁਣ ਪਿਆਰ ਨਹੀਂ ਆਉਂਦਾ ਤੇਰਾ ਸਾਡੇ ਵਿੱਚ ਕੁਝ ਗੱਲਾਂ ਹਾਏ ਫਰਕ ਪਵਾ ਗਈਆਂ ਫਿਰਦੀ ਥੱਕ ਗਈਆਂ ਜੱਗੀ ਜੋੜਕੀਆਂ ਹੁਣ ਤੈਥੋਂ ਅੱਕ ਗਈਆਂ ਤੇਰੇ ਪਿੱਛੇ ਪਿੱਛੇ ਫਿਰਦੀ ਥੱਕ ਗਈਆਂ ਜੱਗੀ ਜੋੜਕੀਆਂ ਹੁਣ ਤੈਥੋਂ ਅੱਕ ਗਈਆਂ ਜਾਂ ਤੈਨੂੰ ਕੁਝ ਨਹੀਂ ਕਹਿਣਾ ਤੂੰ ਰਹਿ ਜੀ ਦੇ ਨਾਲ ਰਹਿਣਾ ਸਭ ਬੈਠੀ ਕਰੀ ਨਵੇੜਾ ਡਾਕਟਰ ਡੋਂਟ ਯੂ ਹੈਵ ਸੈਂਸ ਤੁਹਾਨੂੰ ਇੰਨਾ ਵੀ ਨਹੀਂ ਪਤਾ ਕਿ ਇਦਾਂ ਦੀ ਕੰਡੀਸ਼ਨ 'ਚ ਕਿਸੇ ਵੀ ਲੇਡੀ ਨੂੰ ਸਲੀਪਿੰਗ ਪਿਲਸ ਨਹੀਂ ਲੈਣੀ ਚਾਹੀਦੀਆਂ ਨੇ ਕੰਡੀਸ਼ਨ ਮਤਲਬ ਡੋਂਟ ਟੈਲ ਮੀ ਤੁਹਾਨੂੰ ਇਹ ਵੀ ਨਹੀਂ ਪਤਾ ਸੀ ਕਿ ਤੁਹਾਡੀ ਵਾਈਫ ਪ੍ਰੈਗਨੈਂਟ ਆ ਆਮ ਸੋਰੀ ਤੁਹਾਡਾ ਬੱਚਾ ਨਹੀਂ ਰਿਹਾ ਹੁਣ ਤੂੰ ਵੀ ਸੋਚੀ ਮੈਂ ਕੀ ਖੋਇਆ ਤੇ ਤੂੰ ਕੀ ਪਾਲਿਆ ਜਾ ਮੈਨੂੰ ਸੋਹਣਿਆ ਵੇ ਹੁਣ ਪਿਆਰ ਨਹੀਂ ਆਉਂਦਾ ਤੇਰਾ ਜਾ ਮੈਨੂੰ ਸੋਹਣਿਆ ਵੇ ਹੁਣ ਪਿਆਰ ਨਹੀਂ ਆਉਂਦਾ ਤੇਰਾ ਸਾਡੇ ਵਿੱਚ ਕੁਝ ਗੱਲਾਂ ਹਾਏ ਫਰਕ ਪਵਾ ਦੀਆਂ ਹਾਏ ਫਰਕ ਪਵਾ